ਘਰ ਤੋਂ ਉੱਧਰ ਦੀਆਂ ਕੋਠੀ ਨਾਨਕਪੁਰੇ ਤੋਂ ਘਰ ਨੂੰ ਆ ਰਿਹਾ ਸੀ ਅਤੇ ਸਟਾਫ ਵਾਲੀ ਗਲੀ ਜਦੋਂ ਮੈਂ ਆਇਆ ਨਾ ਅਤੇ ਮੇਰੇ ਕੋਲ ਇੱਕ ਆਦਮੀ ਅਤੇ ਬੁੜੀ ਪਹਿਲੇ ਆਈ, ਉਹਨੇ ਉਹਨੇ ਘੇਰ ਕੇ ਅਤੇ ਫਿਰ ਉਹ ਕਹਿੰਦੇ ਸਾਡੇ ਬਾਬਾ ਜੀ ਆ। ਬਾਬਾ ਜੀ ਨੂੰ ਮੈਂ ਪ੍ਰਣਾਮ ਕੀਤਾ ਅਤੇ ਬਾਬਾ ਜੀ ਨੇ ਪਤਾ ਨਹੀਂ ਮੇਰੇ ਨਾਲ ਕੀ ਕੀਤਾ, ਕੀ ਸੰਘਾਇਆ ਜਾਂ ਕੀ ਕੀਤਾ, ਅਤੇ ਮੇਰੀਆਂ ਦੋਵੇਂ ਮੁੰਦਰੀਆਂ ਲਾ ਲਈਆਂ। ਅਤੇ ਬਾਬਾ ਜੀ ਦਾ ਭੇਸ ਮੋਟੇ ਜਿਹੇ ਸੀਗੇ, ਥੋੜ੍ਹੇ ਜਿਹੇ ਮੋਟੇ ਸੀਗੇ, ਛੋਟੀ ਛੋਟੀ ਦਾੜ੍ਹੀ ਰੱਖੀ ਸੀ। ਇੱਕ ਜਿੰਨਾ ਇੱਕ ਬੰਦਾ ਸੀਗਾ ਗਿਆਨੀ ਜਿਹੜਾ ਕਿ ਉਹ ਪਸਾਉਂਦਾ, ਅਤੇ ਉਹਦੇ ਨਾਲ ਇੱਕ ਬੁੜੀ ਸੀਗੀ। ਉਹਨਾਂ ਨੇ ਉੱਥੇ ਰੋਕ ਲਿਆ ਮੈਨੂੰ, ਅਤੇ ਰੋਕ ਕੇ ਪਤਾ ਨਹੀਂ ਕੀ ਸੰਘਾਇਆ ਅਤੇ ਮੁੰਦੀਆਂ ਨੇ। ਹਾਂ ਹਾਂ ਉਹ ਕਹਿੰਦੇ ਕਹਿੰਦੇ ਵੀ ਮੈਂ ਕਹਿੰਦੇ ਤੁਹਾਡੇ ਘਰ ਉੱਥੋਂ ਹੀ ਤਜਾਉਣ ਦੇ ਲਈ ਵੀ ਤੁਹਾਡੇ ਘਰ ਤੁਹਾਡੀ ਨੂੰਹ ਵੀ ਬਿਮਾਰ ਆ। ਮੈਂ ਕਿਹਾ ਹਾਂ, ਬਸ ਇੰਨੀ ਗੱਲ ਹੋਈ ਅਤੇ ਉਹ ਲਾ ਕੇ ਲੈ ਗਏ। ਇਹ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਕੀ ਕੀਤਾ, ਮੈਨੂੰ ਘੰਟਾ ਹੋਸ਼ ਹੀ ਨਹੀਂ ਆਈ, ਸਮਝ ਵੀ ਨਹੀਂ ਆਈ। ਫਿਰ ਪੁਲਿਸ ਵਾਲੇ ਆਏ, ਪੁਲਿਸ ਵਾਲਿਆਂ ਨਾਲ ਮੈਂ ਕਹਿੰਦੇ ਕਿਵੇਂ ਤੂੰ ਫੜਾਤੀ ਆ ਜਾਂ ਕਿਵੇਂ। ਮੈਂ ਕਿਹਾ ਯਾਰ ਮੈਨੂੰ ਆਪ ਨੂੰ ਹੀ ਪਤਾ ਲੱਗਾ, 65 ਸਾਲ ਦੀ ਉਮਰ ਆ ਅਤੇ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ ਹੋਇਆ। ਸੁਣਨ 'ਚ ਆਇਆ ਵੀ ਠੱਗੀਆਂ ਹੋਰ ਵੀ ਉਹ ਮਾਰਦੇ ਫਿਰਦੇ ਆ ਤਿੰਨੇ ਜਣੇ। ਪੁਰੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਸਾਨੂੰ ਮੁੰਦੀਆਂ ਮਿਲਣ। ਹਾਂਜੀ ਦੋ ਮੁੰਦੀਆਂ ਜੀ, ਬਹੁਤ ਚਲਦੀ ਹੈ ਮੇਰੇ ਕੋਲ ਤਾਂ। ਬਾਹਰਲੋ ਮੁੰਡਾ ਆਇਆ ਉਹ ਬਣਵਾ ਬਣਵਾ ਕੇ ਦੇ ਜਾਂਦਾ, ਕੀ ਬੰਦਾ ਨਹੀਂ ਮੈਨੂੰ। ਸਰ ਇੱਕ CCTV ਆਈ ਆ ਜਿਹਦੇ ਵਿੱਚ ਦੱਸ ਰਿਹਾ ਕਿ ਛਾਪਾਂ ਜਿਹੜੀਆਂ ਚੋਰੀ ਹੋਈਆਂ, ਸਰ ਕੀ ਹੈ ਪੂਰਾ ਮੈਟਰ? ਸਾਨੂੰ ਵੀ ਮੀਡੀਆ ਰਾਹੀਂ ਪਤਾ ਲੱਗਿਆ ਜੀ, CCTV ਫੁਟੇਜ ਅਸੀਂ ਚੈੱਕ ਵੇਖੀ ਆ, ਪਰ ਇਹਨੂੰ ਹੁਣ ਇਹਦੇ ਬਾਰੇ ਸਾਡੇ ਕੋਈ ਕੰਪਲੇਂਟ ਜਿਹੜੀ ਆ ਸਾਨੂੰ ਨਹੀਂ ਮਿਲੀ। ਜੇ ਕੋਈ ਕੰਪਲੇਂਟ ਮਿਲਦੀ ਆ ਇਹਦੇ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ। ਘਰ ਤੋਂ ਉੱਧਰ ਦੀਆਂ ਕੋਠੀ ਨਾਨਕਪੁਰੇ ਤੋਂ ਘਰ ਨੂੰ ਆ ਰਿਹਾ ਸੀ ਅਤੇ ਸਟਾਫ ਵਾਲੀ ਗਲੀ ਜਦੋਂ ਮੈਂ ਆਇਆ ਨਾ ਅਤੇ ਮੇਰੇ ਕੋਲ ਇੱਕ ਆਦਮੀ ਅਤੇ ਬੁੜੀ ਪਹਿਲੇ ਆਈ, ਉਹਨੇ ਘੇਰ ਕੇ ਅਤੇ ਫਿਰ ਉਹ ਕਹਿੰਦੇ ਸਾਡੇ ਬਾਬਾ ਜੀ ਆ। ਬਾਬਾ ਜੀ ਨੂੰ ਮੈਂ ਪ੍ਰਣਾਮ ਕੀਤਾ ਅਤੇ ਬਾਬਾ ਜੀ ਨੇ ਪਤਾ ਨਹੀਂ ਮੇਰੇ ਨਾਲ ਕੀ ਕੀਤਾ, ਕੀ ਸੰਘਾਇਆ ਜਾਂ ਕੀ ਕੀਤਾ, ਅਤੇ ਮੇਰੀਆਂ ਦੋਵੇਂ ਮੁੰਦਰੀਆਂ ਲਾ ਲਈਆਂ। ਅਤੇ ਬਾਬਾ ਜੀ ਦਾ ਭੇਸ ਮੋਟੇ ਜਿਹੇ ਸੀਗੇ, ਥੋੜ੍ਹੇ ਜਿਹੇ ਮੋਟੇ ਸੀਗੇ, ਛੋਟੀ ਛੋਟੀ ਦਾੜ੍ਹੀ ਰੱਖੀ ਸੀ। ਇੱਕ ਜਿੰਨਾ ਇੱਕ ਬੰਦਾ ਸੀਗਾ ਗਿਆਨੀ ਜਿਹੜਾ ਕਿ ਉਹ ਪਸਾਉਂਦਾ, ਅਤੇ ਉਹਦੇ ਨਾਲ ਇੱਕ ਬੁੜੀ ਸੀਗੀ। ਉਹਨਾਂ ਨੇ ਉੱਥੇ ਰੋਕ ਲਿਆ ਮੈਨੂੰ, ਅਤੇ ਰੋਕ ਕੇ ਪਤਾ ਨਹੀਂ ਕੀ ਸੰਘਾਇਆ ਅਤੇ ਮੁੰਦੀਆਂ ਨੇ। ਹਾਂ ਹਾਂ ਉਹ ਕਹਿੰਦੇ ਕਹਿੰਦੇ ਵੀ ਮੈਂ ਕਹਿੰਦੇ ਵੀ ਤੁਹਾਡੇ ਘਰ ਉੱਥੋਂ ਹੀ ਤਜਾਉਣ ਦੇ ਲਈ ਵੀ ਤੁਹਾਡੇ ਘਰ ਤੁਹਾਡੀ ਨੂੰਹ ਵੀ ਬਿਮਾਰ ਆ। ਮੈਂ ਕਿਹਾ ਹਾਂ, ਬਸ ਇੰਨੀ ਗੱਲ ਹੋਈ ਅਤੇ ਉਹ ਲਾ ਕੇ ਲੈ ਗਏ। ਇਹ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਕੀ ਕੀਤਾ, ਮੈਨੂੰ ਘੰਟਾ ਹੋਸ਼ ਹੀ ਨਹੀਂ ਆਈ, ਸਮਝ ਵੀ ਨਹੀਂ ਆਈ। ਫਿਰ ਪੁਲਿਸ ਵਾਲੇ ਆਏ, ਪੁਲਿਸ ਵਾਲਿਆਂ ਨਾਲ ਮੈਂ ਕਹਿੰਦੇ ਕਿਵੇਂ ਤੂੰ ਫੜਾਤੀ ਆ ਜਾਂ ਕਿਵੇਂ। ਮੈਂ ਕਿਹਾ ਯਾਰ ਮੈਨੂੰ ਆਪ ਨੂੰ ਹੀ ਪਤਾ ਲੱਗਾ, 65 ਸਾਲ ਦੀ ਉਮਰ ਆ ਅਤੇ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ ਹੋਇਆ। ਸੁਣਨ 'ਚ ਆਇਆ ਵੀ ਠੱਗੀਆਂ ਹੋਰ ਵੀ ਉਹ ਮਾਰਦੇ ਫਿਰਦੇ ਆ ਤਿੰਨੇ ਜਣੇ। ਪੁਰੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਸਾਨੂੰ ਮੁੰਦੀਆਂ ਮਿਲਣ। ਹਾਂਜੀ ਦੋ ਮੁੰਦੀਆਂ ਜੀ, ਬਹੁਤ ਚਲਦੀ ਹੈ ਮੇਰੇ ਕੋਲ ਤਾਂ। ਬਾਹਰਲੋ ਮੁੰਡਾ ਆਇਆ ਉਹ ਬਣਵਾ ਬਣਵਾ ਕੇ ਦੇ ਜਾਂਦਾ, ਕੀ ਬੰਦਾ ਨਹੀਂ ਮੈਨੂੰ। ਸਰ ਇੱਕ CCTV ਆਈ ਆ ਜਿਹਦੇ ਵਿੱਚ ਦੱਸ ਰਿਹਾ ਕਿ ਛਾਪਾਂ ਜਿਹੜੀਆਂ ਚੋਰੀ ਹੋਈਆਂ, ਸਰ ਕੀ ਹੈ ਪੂਰਾ ਮੈਟਰ? ਸਾਨੂੰ ਵੀ ਮੀਡੀਆ ਰਾਹੀਂ ਪਤਾ ਲੱਗਿਆ ਜੀ, CCTV ਫੁਟੇਜ ਅਸੀਂ ਚੈੱਕ ਵੇਖੀ ਆ, ਪਰ ਇਹਨੂੰ ਹੁਣ ਇਹਦੇ ਬਾਰੇ ਸਾਡੇ ਕੋਈ ਕੰਪਲੇਂਟ ਜਿਹੜੀ ਆ ਸਾਨੂੰ ਨਹੀਂ ਮਿਲੀ। ਜੇ ਕੋਈ ਕੰਪਲੇਂਟ ਮਿਲਦੀ ਆ ਇਹਦੇ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ।